ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਵਿੰਗ ਅਕਾਲੀ ਦਲ ਵੱਲੋਂ ਅੱਜ ਬੰਗਾ ਵਿਖੇ ਕਾਂਗਰਸ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਅਤੇ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ। ਮਜੀਠੀਆ ਦੇ ਉੱਤੇ ਪਰਚਾ ਕਰਨ ਦੇ ਰੋਸ ਵਜੋਂ ਅੱਜ ਯੂਥ ਅਕਾਲੀ ਦਲ ਵੱਲੋਂ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਦੀ ਅਗਵਾਈ ਦੇ ਵਿੱਚ ਜਿੱਥੇ ਰੋਸ ਮਾਰਚ ਕੱਢਿਆ ਗਿਆ ਉੱਥੇ ਪੁਤਲਾ ਫੂਕਿਆ ਗਿਆ। ਆਓ ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਵਿਧਾਇਕ ਹਲਕਾ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਦੇ ਨਾਲ। ਕੀ ਕਹਿਣਾ ਚਾਹੁੰਦੇ ਨੇ ਇਸ ਸੰਬੰਧੀ? ਕਾਂਗਰਸ ਦੀ ਚੰਨੀ ਸਰਕਾਰ ਜਦੋਂ ਤੋਂ ਹੋਂਦ ਵਿੱਚ ਆਈ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪੋਜੀਸ਼ਨ ਨੂੰ ਦਬਾਉਣ ਦੇ ਲਈ ਹਰ ਹੀਲਾ ਵਰਤ ਰਹੀ ਹੈ। ਜਦੋਂ ਲੋਕਾਂ ਨੇ ਇਹ ਮਨ ਬਣਾ ਲਿਆ ਕਿ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਹੈ ਔਰ ਕਾਂਗਰਸ ਦੀ ਇਹ ਡਰੀ ਹੋਈ ਸਰਕਾਰ ਇਹਨਾਂ ਨੇ ਅਕਾਲੀਆਂ ਦੇ ਖਿਲਾਫ਼ ਝੂਠੇ ਮੁਕੱਦਮੇ ਬਣਾਉਣੇ ਸ਼ੁਰੂ ਕੀਤੇ ਔਰ ਜਿੱਥੇ ਜਿੱਥੇ ਇਹਨਾਂ ਅਕਾਲੀਆਂ ਦੇ MLA ਨੇ ਉਹਨਾਂ ਦੇ ਵਿੱਚ ਵਿਕਾਸ ਕਾਰਜਾਂ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਔਰ ਅੱਜ ਇਹਨਾਂ ਨੇ ਉਸੇ ਤਹਿਤ ਜਿਹੜਾ ਵਿਕਰਮ ਸਿੰਘ ਮਜੀਠੀਆ 'ਤੇ ਪਰਚਾ ਦਰਜ ਕੀਤਾ, ਝੂਠਾ ਪਰਚਾ ਦਰਜ ਕੀਤਾ, ਉਹਦੇ ਖਿਲਾਫ਼ ਅੱਜ ਯੂਥ ਵਿੰਗ ਵੱਲੋਂ ਜਿੱਥੇ ਕਾਂਗਰਸ ਦਾ ਪਿੱਠ ਸਿਆਪਾ ਕੀਤਾ ਗਿਆ, ਜਿੱਥੇ ਕਾਂਗਰਸ ਦੇ ਜਿਹੜੇ ਲੋਕ ਨੇ ਜੋ ਇਹ ਮਨਸ਼ਾ ਰੱਖਦੇ ਆ ਕਿ ਅਸੀਂ ਅਕਾਲੀ ਬਸਪਾ ਗਠਜੋੜ ਨੂੰ ਕਮਜ਼ੋਰ ਕਰਨਾ, ਅੱਜ ਉਹਨਾਂ ਦੇ ਖਿਲਾਫ਼ ਬੰਗਾ ਵਿਧਾਨ ਸਭਾ ਦੇ ਵਿੱਚ ਲੋਕ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਔਰ ਇਹ ਅੱਜ ਚੇਤਾਵਨੀ ਆ ਚੰਨੀ ਸਾਹਿਬ ਨੂੰ ਕਿ ਤੁਸੀਂ ਜੋ ਮਰਜ਼ੀ ਕਰ ਲਓ, ਲੋਕ ਹੁਣ ਤੁਹਾਡੇ ਤਸ਼ੱਦਦ ਦੇ ਅੱਗੇ ਝੁਕਣਗੇ ਨਹੀਂ। ਇਸ ਵਾਰ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾ ਕੇ ਹੀ ਰਹਿਣਗੇ, ਇਹ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਆ। ਔਰ ਜਦੋਂ ਇਹ ਸਰਕਾਰ ਬਣੀ ਜਿਹੜੇ ਅਫਸਰ ਨੇ ਜਿਹੜੇ ਝੂਠੇ ਪਰਚੇ ਕਰ ਰਹੇ ਨੇ ਔਰ ਜੋ ਤਸ਼ੱਦਦ ਕਰ ਰਹੇ ਨੇ ਸਾਡੇ ਵਰਕਰਾਂ 'ਤੇ, ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਸੋ ਅੱਜ ਦਾ ਇਹ ਯੂਥ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਕਿ 2022 ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਬਣੇਗੀ ਔਰ ਜਿਹੜੇ ਕਾਂਗਰਸੀ ਆ ਇਹਨਾਂ ਇਹ ਲੋਕਾਂ 'ਚ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ। ਮੈਂ ਜਸਵੀਰ ਸਿੰਘ ਨੂਰਪੁਰ, ਮੇਰੇ ਨਾਲ ਕੈਮਰਾਮੈਨ ਗੁਰਜਿੰਦਰ ਸਿੰਘ ਗੁਰੂ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ, ਉਹ ਬਸ ਕਰੋ, ਪੜ ਵੀ ਲਾਓ ਹੁਣ। ਵਾਅਦੇ ਕੀਤੇ ਉਹਨਾਂ ਦਾ ਕੀ? ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ। ਮੇਰਾ ਵੀਰਾ ਹੁਣ ਵੀ ਧੱਕੇ ਖਾਉਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸੌਂਹ ਖਾਧੀ ਸੀ ਇਹਨਾਂ ਨੇ, ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸੌਂਹ ਹੋ ਗਏ, ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ, ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ?